ਮੁੱਖਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸੀ ਲੀਡਰਾਂ ਵੱਲੋਂ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਰੇਟ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਚੋਣਾਂ 'ਚ ਹੀ ਕਿਉਂ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਾਰਵਾਈ ਕਰਨੀ ਹੀ ਹੈ ਤਾਂ ਸਭ ਤੋਂ ਪਹਿਲਾਂ ਕਾਰਵਾਈ ਬਿਕਰਮ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਹੋਵੇ, ਕਿਉਂਕਿ ਉਹਨਾਂ 'ਤੇ ਵੀ ਈਡੀ ਦੇ ਮਾਮਲੇ ਦਰਜ ਨੇ। ਇਸ ਦੇ ਨਾਲ ਹੀ ਰੰਧਾਵਾ ਨੇ ਸੁਨੀਲ ਜਾਖੜ ਦੇ ਮੁੱਖ ਮੰਤਰੀ ਦੀ ਵੋਟਿੰਗ ਦੇ ਦਿੱਤੇ ਬਿਆਨ 'ਤੇ ਵੀ ਪੱਖ ਰੱਖਿਆ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਐਲਾਨ ਹਾਈ ਕਮਾਂਡ ਨੇ ਕੀਤਾ ਸੀ, ਵੋਟਿੰਗ ਅਹਿਮ ਨਹੀਂ ਸੀ। ਦੇਖੋ, ਈਡੀ 'ਤੇ ਜਿਹੜਾ ਰੇਡ ਕੀਤਾ ਗਿਆ, ਔਰ ਸਾਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਮੋਦੀ ਸਰਕਾਰ ਜਿਵੇਂ ਦੂਸਰੀਆਂ ਸਟੇਟਾਂ ਦੇ ਵਿੱਚ ਈਡੀ ਦੇ ਰੇਡ ਕਰਵਾਏ ਸੀਗੇ, ਉਦੋਂ ਤੁਸੀਂ ਬੰਗਾਲ ਲੈ ਲਓ, ਤਾਮਿਲਨਾਡੂ ਲੈ ਲਓ, ਹੋਰ ਸਟੇਟਾਂ ਲੈ ਲਓ, ਜਿੱਥੇ ਜਿੱਥੇ ਵੀ ਹੋਇਆ ਉੱਥੇ ਇਹਨਾਂ ਨੇ ਪੀ ਚਿਦੰਬਰਮ ਲੈ ਲਓ, ਫਿਰ ਸਾਡੇ ਉੱਥੇ ਜਿਹੜੇ ਚੀਫ ਮਿਨਿਸਟਰ ਸੀਗੇ ਮੱਧਿਆ ਪ੍ਰਦੇਸ਼ ਦੇ ਉਹਨਾਂ ਦੇ ਲੈ ਲਓ, ਔਰ ਹਰ ਬੰਦੇ ਦੇ ਉੱਤੇ ਇਹਨਾਂ ਨੇ ਈਡੀ ਦਾ ਜਿਹੜਾ ਬਾਂਹ ਮਰੋੜ ਦਾ ਜਿਹੜਾ ਕੰਮ ਕੀਤਾ, ਇਹ ਡੈਮੋਕ੍ਰੇਸੀ ਲਈ ਬਹੁਤ ਵੱਡਾ ਘਾਤਕ ਆ। ਕਿਸੇ ਵੀ ਡੈਮੋਕ੍ਰੇਟਿਕ ਕੰਟਰੀ 'ਚ ਇਹ ਚੀਜ਼ ਨਹੀਂ ਚੱਲਦੀ ਕਿ ਤੁਸੀਂ ਇਲੈਕਸ਼ਨਾਂ ਜਿਹੜੀਆਂ ਨੇ ਕਿਸੇ ਨੂੰ ਦਬਾ ਕੇ ਡਰਾ ਕੇ ਕਰਵਾਈਆਂ ਜਾਣ। ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਪ੍ਰਧਾਨ ਮੰਤਰੀ ਸਾਹਿਬ, ਪੰਜਾਬ ਦੇ ਵਿੱਚ ਇੱਕ ਅਸੀਂ ਬਿਕਰਮ ਮਜੀਠੀਏ ਦੇ ਉੱਪਰ ਈਡੀ ਦੇ ਬੇਸਡ, ਈਡੀ ਨੇ ਜੋ ਬਿਆਨ ਲਏ, ਈਡੀ ਦੇ ਬਿਆਨਾਂ ਦੇ ਮੁਤਾਬਕ ਕੇਸ ਰਜਿਸਟਰ ਕੀਤਾ, ਔਰ ਉਸ ਬੰਦੇ ਦੀ ਜ਼ਮਾਨਤ ਕੈਂਸਲ ਹੋਈ ਹਾਈਕੋਰਟ 'ਚੋਂ। ਉਸ ਬੰਦੇ ਨੇ ਜਾ ਕੇ ਸੁਪਰੀਮ ਕੋਰਟ 'ਚ ਆਪਣੀ ਅਪੀਲ ਪਾਈ ਕਿ ਮੈਂ ਇਲੈਕਸ਼ਨ ਲੜ ਰਿਹਾ, ਮੈਨੂੰ 20 ਤੱਕ ਮੌਕਾ ਦਿੱਤਾ ਜਾਵੇ ਇਲੈਕਸ਼ਨ ਲੜਨ ਤੋਂ ਬਾਅਦ। ਹਾਈਕੋਰਟ ਨੇ ਇਹ ਕਿਹਾ, ਸੁਪਰੀਮ ਕੋਰਟ ਨੇ ਕਿਹਾ ਕਿ ਤੂੰ 21 ਤੋਂ ਲੈ ਕੇ 24 ਤਰੀਕ ਤੱਕ ਅਦਾਲਤ ਦੇ ਵਿੱਚ ਪੇਸ਼ ਹੋਵੋ, ਅਤੇ ਉੱਥੇ ਜਾ ਕੇ ਆਪਣੀ ਜਿਹੜੀ ਆ ਰੈਗੂਲਰ, ਇਹਦਾ ਮਤਲਬ ਜਦੋਂ ਅਦਾਲਤ 'ਚ ਪੇਸ਼ ਹੋਣਾ ਤਾਂ ਉੱਥੇ ਅੰਦਰ ਜਾਣਾ ਹੀ ਜਾਣਾ। ਅਤੇ ਜੇ ਇਹਨਾਂ 'ਚ ਪ੍ਰਧਾਨ ਮੰਤਰੀ ਸਾਹਿਬ 'ਚ ਜਿਹੜੇ ਕਹਿੰਦੇ ਕਿ ਮੈਂ ਬੜਾ ਵੱਡਾ ਦੇਸ਼ ਭਗਤ ਆ, ਅਤੇ ਅੱਜ ਦੇਸ਼ ਭਗਤੀ ਵਿਖਾਉਣ, ਈਡੀ ਦਾ ਰੇਡ ਇਹਦੇ ਵੀ ਕਰਨ 'ਤੇ ਇਹਨੂੰ ਅਰੈਸਟ ਕਰਨ, ਫਿਰ ਤਾਂ ਮੰਨਾਂਗਾ ਕਿ ਇਨਸਾਫ ਕਰ ਰਹੇ ਨੇ। ਅਤੇ ਈਡੀ ਦੇ ਕੇਸਾਂ ਵਾਲਿਆਂ ਨੂੰ ਜਿਹੜੇ ਇਹਨਾਂ ਦੇ ਆਪਣੇ ਚਹੇਤੇ ਨੇ ਉਹ ਬਾਹਰ ਫਿਰਨ, ਅਤੇ ਜਿਨ੍ਹਾਂ ਦੇ ਉੱਤੇ ਕੇਸ ਵੀ ਨਹੀਂ। ਅਤੇ ਇਹ ਆ ਕਿ ਬਾਂਹ ਰੋਡ ਦੀ ਤਾਂ ਲੋਕਾਂ ਨੂੰ ਦੱਸਣਾ, ਇੱਕ ਦਲਿਤ ਪਰਿਵਾਰ ਨੂੰ ਬਦਨਾਮ ਕਰਨਾ, ਇਹਨੂੰ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨੇ ਚੰਨੀ ਸਾਹਿਬ ਨੇ ਮੇਰਾ ਖਿਆਲ ਕਿਤੇ ਵੀ ਨਹੀਂ ਕੀਤਾ, ਅੱਜ ਤੱਕ ਨਹੀਂ ਕਿਹਾ ਕਿ ਮੈਂ ਸੀਐਮ ਚਿਹਰਾ। ਬਿਲਕੁਲ ਗਲਤ ਗੱਲ ਹੈ। ਤੁਸੀਂ ਸੀਐਮ ਚਿਹਰਾ ਕਿਹਨੂੰ ਮਿਲਦੇ ਪੰਜਾਬ 'ਚ? ਪੰਜਾਬ 'ਚ ਜਦੋਂ ਰਾਹੁਲ ਗਾਂਧੀ ਨੇ ਆਣ ਕੇ ਕਰਨਾ, ਉਹ ਅਨਾਊਂਸ ਕਰਨਗੇ। ਉਹਨਾਂ ਜਿਹੜੇ ਸਾਡੇ ਵਿਊਜ਼ ਮੰਨੇ ਨੇ, ਮੰਗੇ ਨੇ, ਉਹਨਾਂ ਨੂੰ ਅਸੀਂ ਆਪਣੇ ਦੇ ਦਿੱਤੇ। ਇਲੈਕਸ਼ਨ ਦੇ ਲਾਗੇ ਤੁਸੀਂ ਵੇਖੋ, ਮਮਤਾ ਬੈਨਰਜੀ ਨੂੰ ਕੀਤਾ, ਉੱਥੇ ਤਾਮਿਲਨਾਡੂ 'ਚ ਕੀਤਾ, ਅਤੇ ਉੱਥੋਂ ਦੇ ਅਣਖੀ ਲੋਕਾਂ ਨੇ ਇਹਨੂੰ ਬੀਜੇਪੀ ਨੂੰ ਟਕਾ ਕੇ ਹਰਾ ਕੇ ਭੇਜਿਆ। ਅਤੇ ਇਸੇ ਤਰ੍ਹਾਂ ਹੀ ਹੁਣ ਪੰਜਾਬ ਦੇ ਲੋਕ ਵੀ ਸਾਡੀ ਚੰਨੀ ਸਰਕਾਰ ਨੂੰ ਜਿਤਾ ਕੇ ਭੇਜੇ। ਉਹਨਾਂ ਨੇ ਹਰ ਲੀਡਰ ਨਹੀਂ ਹੋਣਾ, ਉਹਨਾਂ ਨੂੰ ਕਿਹੜਾ ਰੋਕ ਸਕਦਾ, ਉਹ ਆਪਣੇ ਲੜਨਗੇ। ਇੱਕ ਜਾਖੜ ਨੇ ਸਰ ਬਿਆਨ ਦਿੱਤਾ ਵੀ ਸੀਐਮ ਵਾਰੀ ਮੇਰੇ ਨਾਲ ਬੰਦੇ ਜ਼ਿਆਦਾ ਸੀ, ਸੰਧਾਵਾ ਸਾਹਿਬ ਨਾਲ ਖੜ ਸੀ। ਦੇਖੋ, ਇਹ ਜਿਹੜੀ ਸੀਐਮ ਨਾਲ ਬੰਦੇ ਜ਼ਿਆਦਾ ਜਾਂ ਉਹਦੇ 'ਚ ਚੰਨੀ ਸਾਹਿਬ ਦੇ 'ਤੇ ਉਹਨਾਂ ਨੇ ਬਹੁਤ ਹੀ ਥੋੜ੍ਹੇ ਦੱਸੇ, ਅਤੇ ਹਾਈ ਕਮਾਂਡ ਨੇ ਜਿਹੜਾ ਫਿਰ ਡਿਸੀਜਨ ਲਿਆ ਉਹਨੂੰ ਸਾਰਿਆਂ ਨੇ ਕਬੂਲਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੋਦੀ ਨਾਲ ਰਲ ਕੇ ਮੈਂ ਪੰਜਾਬ ਦੀ ਸਰਕਾਰ ਬਣਾਵਾਂਗਾ। ਪਹਿਲਾਂ ਮੋਦੀ ਸਾਹਿਬ ਇਹੋ ਹੀ ਫੈਸਲਾ ਕਰ ਦੇਣ, ਜਿਹੜੇ ਕੈਪਟਨ ਸਾਹਿਬ ਦੇ ਉੱਤੇ ਈਡੀ ਦੇ ਕੇਸ ਨੇ ਉਹਦੇ 'ਤੇ ਮੋਦੀ ਸਾਹਿਬ ਬਿਆਨ ਦੇਣ, ਅਤੇ ਕੈਪਟਨ ਸਾਹਿਬ ਵੀ ਬਿਆਨ ਦੇਣ, ਅਤੇ ਜਿਹੜਾ ਈਡੀ ਦਾ ਕੇਸ ਆ ਇਹਨਾਂ ਦੇ ਸਾਰੇ ਪਰਿਵਾਰ 'ਤੇ, ਕਿ ਤੁਸੀਂ ਡਰਦੇ ਉਸ ਕਰਕੇ ਗਏ ਹੋ ਕਿ ਜਾਂ ਹੋਰ ਕਿਸੇ ਕਰਕੇ। ਦੇਸ਼ ਦੁਨੀਆ ਦੀਆਂ ਨਵੀਆਂ ਅਤੇ ਤਾਜ਼ੀਆਂ ਤਰੀਨ ਖਬਰਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਬੈਲ ਆਈਕਨ 'ਤੇ ਕਲਿੱਕ ਜ਼ਰੂਰ ਕਰੋ।